ਬਾਈ ਜੀ ਉਹ ਕਹਿੰਦੇ ਨਹੀਂ ਹੁੰਦੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ, ਉਹਦੇ ਰੰਗਾਂ ਨੂੰ ਉਹੀ ਜਾਣੇ, ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ। ਆਹ ਝੋਨਾ ਬਾਈ ਜਮਾਂ ਡੱਕਾ ਨਹੀਂ ਡਿੱਗਿਆ ਸੀ ਅਤੇ ਜਮਾਂ ਵਿਛਾਤਾ। ਇਹ ਬਈ ਰੱਬ ਦੇ ਕਾਰਨਾਮੇ ਆਹੀ ਆ, ਜਦੋਂ ਰੱਬ ਕਰਨ 'ਤੇ ਆ ਜੇ ਨਾ। ਰਾਤ ਵਧੀਆ ਮੌਸਮ ਸਾਫ਼ ਸੀ ਬਾਈ, ਅਤੇ ਅੱਜ ਤੜਕੇ ਜਦੋਂ ਪਤਾ ਲੱਗਿਆ 5 ਕੁ ਵਜੇ ਉਹਦੇ ਪੁੱਤ ਨੇ ਲਸ਼ਕਾਂ ਮਾਰੀਆਂ ਛਕਾਟੇ ਹਨੇਰੀ, ਅਤੇ ਐਂ ਵਿਛਾਤਾ ਬਈ ਝੋਨਾ। ਆਹ ਬਾਸਪਤੀ ਹੈ, ਇੱਧਰਲਾ ਪਰਮਲਾ, ਅਤੇ ਹਜੇ ਤਾਂ ਹੋਰ ਸੁੱਖ ਰੱਖੇ ਰੱਬਾ, ਠੀਕ ਹੈ ਇਦੂ ਬਾਅਦ ਬੱਚਤ ਰੱਖੀ। ਜੇ ਇਹਨਾਂ ਹੀ 'ਚ ਕੀੜਾ ਹੋਰ ਆ ਗਿਆ ਅਤੇ ਝੋਨੇ ਸਾਡੇ ਵੱਢਣ ਵਾਲੇ ਆ, ਅਤੇ ਪਾਣੀ ਸੁੱਕਣਾ ਨੀਗਾ। 5-4 ਦਿਨਾਂ ਨੂੰ ਤਿਆਰੀ ਸੀਗੀ ਅਤੇ ਹੁਣ ਤਾਂ ਹੋਰ ਲੇਟ ਹੋ ਗਏ, ਅਤੇ ਉੱਤੇ ਬੱਦਲ ਵੀ ਪੂਰੇ ਬਣੇ ਪਏ ਆ ਬਾਈ। ਇਹਨੂੰ ਕਹਿੰਦੇ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਬਾਈ। ਇੱਧਰ ਮੀਂਹ ਪਈ ਜਾਂਦਾ, ਉਹ ਸਾਹਮਣੇ ਇੱਕ ਪਾਸੇ ਪਈ ਜਾਂਦਾ ਅਤੇ ਇੱਕ ਪਾਸੇ ਮੀਂਹ ਪਾ ਗਿਆ ਬਾਈ। ਕੀ ਕਰੂਗਾ ਬਈ ਜ਼ਿਮੀਂਦਾਰ, ਹੈ ਨਾ। ਜਿਹੜੇ ਮੰਡੀ 'ਚ ਬਾਈ ਪਏ ਆ ਝੋਨੇ, ਉਹ ਵੀ ਵਿਚਾਰਿਆਂ ਦੇ ਪਲਟੀਆਂ ਲਵਾਈ ਜਾਂਦੇ ਆ। ਜਿਹੜੇ ਖੇਤ ਖੜ੍ਹੇ ਉਹਨਾਂ ਦਾ ਆਪਦਾ, ਉਹਨਾਂ ਨੂੰ ਡਰ ਆ। ਅਤੇ ਰੱਬ ਨੂੰ ਪਤਾ ਕਿਵੇਂ ਲੱਗ ਜਾਂਦਾ ਬਈ ਯਾਰ ਝੋਨਾ ਪੱਕ ਗਿਆ। ਗੱਲ ਤਾਂ ਇਹ ਮੁੱਦੇ 'ਤੇ ਆਉਂਦੀ ਨਾ, ਰੱਬ ਨੂੰ ਪਤਾ ਕਿਵੇਂ ਲੱਗਦਾ ਬਈ ਮੀਂਹ ਪਾ ਦੇ ਯਾਰ, ਖੱਟੇ ਹੋ ਗਏ ਝੋਨੇ। ਪਹਿਲਾਂ ਉਦੋਂ ਨਸਾਰੇ 'ਤੇ ਸੀ, ਉਦੋਂ ਵੀ ਕਰੈਕ ਕਰ ਗਿਆ ਦਾਣੇ, ਬੂਰ ਬਾਰ ਝਾੜ ਗਿਆ, ਰੰਗ ਬਦਲ ਗਏ। ਹੁਣ ਫਿਰ ਜਮਾਂ ਜਦੋਂ ਪਤਾ ਵੱਢਣ ਵਾਲੇ ਆ, ਅਤੇ ਇਦੂ ਬਾਅਦ ਰੱਬਾ ਬੱਚਤ ਰੱਖੀ ਅਤੇ ਮੰਡੀ 'ਚ ਨਾ ਕਿਤੇ ਸਾਡੀਆਂ ਨੀਕਰਾਂ ਭਿਉਂ ਚੱਲੀ। ਹਾਲ ਕੋਈ ਨਹੀਂ ਜ਼ਿਮੀਂਦਾਰਾਂ ਦਾ ਬਾਈ, ਬਸ ਰੱਬ ਅਤੇ ਡੋਰਾਂ ਉਹੀ ਸੁੱਖ ਰੱਖੇ, ਤਾਂ ਹੀ ਵੀਰੇ ਉਹ ਗੱਲ ਬਣਦੀ ਹੈ। ਅਸਲ ਤਾਂ ਝੋਨਾ ਬਈ ਐਡਾ ਕੁ ਚਾਹੀਦਾ। ਆਹ ਠੀਕ ਹੈ, ਆਪਣੇ ਵਰਗੇ ਰੇਹ ਪਾ ਪਾ ਕੇ, ਜ਼ਿਆਦਾ ਰੇਹ ਦੇ ਨਤੀਜੇ ਉਦੋਂ ਅਗਲਾ ਤਾਂ ਉਹਨੇ 4 ਪਾਤੇ ਯਾਰ, ਮੈਂ ਕਿਉਂ ਘੱਟ ਰਹਾਂ। ਅੱਧਾ ਗੱਟਾ ਹੋਰ ਠੋਕਾ ਆਪਣੇ, ਫਿਰ ਗੱਲ ਬਣੂਗੀ। ਅਤੇ ਗੱਲ ਫਿਰ ਵੀਰੇ ਮਗਰੋਂ ਐਂ ਬਣ ਜਾਂਦੀ ਹੈ। ਇਹ ਮਸ਼ੀਨ ਤੋਂ ਵੀ ਹਿਸਾਬ 'ਚ ਨਹੀਂ ਆਉਂਦਾ ਵੀ ਕਿਹੜੇ ਪਾਸੋਂ ਚੱਕੂਗੀ। ਜੇ ਇੱਕ ਮੀਂਹ ਹੋਰ ਪੈ ਗਿਆ ਤਕੜਾ, ਤਾਂ ਇਹਨੇ ਥੱਲੇ ਸਵਾਗਾ ਮਾਰ ਦੇਣਾ ਅਤੇ ਬੈਂਕ ਕਰ ਕਰਕੇ ਚੱਕਣਾ ਪੈਣਾ। ਅਤੇ ਜਿਨ੍ਹਾਂ ਨੇ ਘੱਟ ਰੇਹ ਪਾਈ ਹੈ ਬਈ, ਇਕੱਲੇ ਦਾਣੇ ਡੁੰਗਣੇ ਆ, ਇਹਨੂੰ ਹਨੇਰੀ ਨੇ ਕੀ ਕਰਨਾ ਬਈ। ਨਾ ਮੀਂਹ ਕੁਛ ਕਰੇ ਨਾ ਹਨੇਰੀ, ਜਦੋਂ ਨੂੰ ਇਹਨੇ ਡਿੱਗਣਾ ਉਦੋਂ ਇਹਦਾ ਹਾਲ ਨਹੀਂ ਰਹਿਣਾ ਬਈ। ਰੇਹ ਵੱਤਰ ਦੀ ਠੀਕ ਰਹਿੰਦੀ ਆ ਬਾਈ ਜੀ, ਬਾਸਪਤੀ ਤਾਂ ਖਾਸ ਕਰਕੇ ਬਈ, ਰਲੜੇ ਝੋਨੇ ਚੰਗੇ ਲੱਗਦੇ ਆ। ਪਰਮਲ ਤਾਂ ਚਲੋ ਪਹਿਲਾਂ ਵੱਢਿਆ ਜਾਂਦਾ, ਪਰ ਇਹਦੇ 'ਤੇ ਬਹੁਤ ਹਵਾਵਾਂ ਵਗਣੀਆਂ ਅਜੇ ਬਈ, ਪਤਾ ਕੋਈ ਨਹੀਂ ਕੀ ਕਰਨਾ ਰੱਬ ਨੇ। ਸੋ ਇਹ ਗੱਲੋਂ ਵੀ ਸਿਆਣੇ ਹੋ ਜਾਈਏ ਆਪਾਂ ਬਈ, ਕਿਉਂ ਰੇਹਾਂ ਮਕਾਉਣੀਆਂ ਲੱਗੀਆਂ, ਧੜਾਂ ਦੀਆਂ ਧੜਾਂ ਮਕਾ ਦੀਆਂ, ਰੇਹ ਘੱਟ ਪਾ ਜਾਈਏ ਤਾਂ ਜੋ ਜਿਹੜੇ ਦਾਣੇ ਆ ਸਾਰੇ ਜ਼ਿਮੀਂਦਾਰ ਦੇ ਹੱਥ 'ਚ ਆ ਜਾਣ, ਖੱਜਲ ਨਾ ਹੋਣਾ ਪਵੇ, ਥੱਲੇ ਨਾ ਹੱਥ ਮਾਰਨਾ ਪਵੇ ਪਰਾਲੀ 'ਚ ਬਈ ਥੱਲੇ ਰਹਿ ਗਏ ਦਾਣੇ ਯਾਰ। ਮਸ਼ੀਨ ਵਾਲੇ ਦੇ ਵੀ ਕੀ ਸਾਰੇ ਆ ਵੀ ਸਾਰਾ ਵੇਚ ਦੀ ਟਪਾਉਣਾ ਲਾਉਣ, ਦਾਣੇ ਤਾਂ ਮਾਰੂ ਮਾਰੂ। ਹੁਣ ਇਹਦਾ ਦਾਣਾ ਆ ਕੇ ਵਿਖਾਵੇਗਾ ਬਈ, ਪਿੱਛੇ ਭੋਰਾ ਵੀ ਸਾਰੇ ਮਸਲ ਕੇ ਧਰ ਦੂਗੀ ਸੁੱਕਾ ਪਿਆ। ਦੇਖੋ ਬਈ ਹੁਣ ਇਦੋਂ ਮਾਲਕ ਸੁੱਖ ਰੱਖੇ ਬਈ, ਆਪਾਂ ਤਾਂ ਇਹੀ ਕਹਿਣੇ ਆ, ਪਲੀ ਕਰੀ ਕਰਤਾਰ।